ਲੜਾਈ ਝਗੜੇ ਦੀ ਇਹ ਵੀਡੀਓ ਜਲੰਧਰ ਦੇ ਨਕੋਦਰ ਚੌਂਕ ਦੇ ਨੇੜੇ ਦੀ ਹੈ, ਜਿਸ ਵਿੱਚ ਇੱਕ ਨੌਜਵਾਨ ਯੁਵਕ ਵੱਲੋਂ ਮਹਿਲਾ ਪੁਲਿਸ ਤੇ ਹੱਥ ਚੁੱਕਿਆ ਜਾ ਰਿਹਾ ਹੈ। ਦਰਅਸਲ ਇਹ ਮਹਿਲਾ ਪੁਲਿਸ ਨੌਜਵਾਨ ਯੁਵਕਾਂ ਦਾ ਝਗੜਾ ਛੁਡਾਉਣ ਲਈ ਗਈ ਸੀ ਤੇ ਉਹਨਾਂ ਨੌਜਵਾਨਾਂ ਵੱਲੋਂ ਇਸ ਮਹਿਲਾ ਪੁਲਿਸ ਤੇ ਹੀ ਹਮਲਾ ਕਰ ਦਿੱਤਾ ਜਾਂਦਾ ਹੈ। ਤਿੰਨ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਉਹ ਨੌਜਵਾਨ ਕਿੱਦਾਂ ਮਹਿਲਾ ਪੁਲਿਸ ਦੇ ਥੱਪੜ ਮਾਰ ਰਿਹਾ। ਆਓ ਤੁਹਾਨੂੰ ਦੱਸਦੇ ਹਾਂ ਮਾਮਲੇ ਦੀ ਪੂਰੀ ਸੱਚਾਈ ਕਿ ਇਹ ਮਾਮਲਾ ਕਿਉਂ, ਕਿੱਥੋਂ ਤੇ ਕਿਸ ਕਾਰਨ ਸ਼ੁਰੂ ਹੋਇਆ। ਅਸੀਂ ਇੱਥੇ ਰਾਊਂਡ 'ਤੇ ਸੀਗੇ, ਤਿੰਨ ਜਾਣੇ ਸੀਗੇ, ਬਹੁਤ ਜ਼ਿਆਦਾ ਨਸ਼ੇ ਵਿੱਚ ਸੀਗੇ। ਦੈਨ ਅਸੀਂ ਇੱਥੇ ਲੜਾਈ ਝਗੜਾ ਕਰਦੇ ਪਏ ਸੀਗੇ, ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਇਹਨਾਂ ਦੇ ਮਾਲਕਾਂ ਨਾਲ ਵੀ ਕਾਫੀ ਹੱਥੋਂ ਪਾਈ ਹੋਈ ਉਹਨਾਂ ਦੀ। ਦੈਨ ਜਿਸ ਤਰੀਕੇ ਨਾਲ ਅਸੀਂ ਉਹਨੂੰ ਰੋਕਣ ਲੱਗੇ ਨਸ਼ਾ ਕੀਤਾ ਹੋਇਆ ਸੀਗਾ ਅਤੇ ਉਹ ਉਲਟਾ ਮੇਰੇ 'ਤੇ ਹੀ ਉਹਨਾਂ ਨੇ ਹੱਥ ਚੱਕਿਆ, ਲੱਤ ਮਾਰੀ ਪੇਟ 'ਤੇ ਆਏ ਸੀਗੇ। ਫਿਲਹਾਲ ਅਸੀਂ ਰਾਊਂਡ 'ਤੇ ਸੀਗੇ, ਅਸੀਂ ਇਹਨਾਂ ਦੀ ਕਰਨੀ ਸੀਗੀ ਇਨਵੈਸਟੀਗੇਸ਼ਨ, ਅਸੀਂ ਪੁੱਛਣਾ ਸੀ ਕਿਸ ਬੇਸ 'ਤੇ ਕਿਉਂ ਤਰੀਕੇ ਕਿ ਲੜਾਈ ਕਿਉਂ ਕਰ ਰਹੇ ਆ। ਇੰਨੇ ਵਿੱਚ ਹੀ ਗੱਲ ਜ਼ਿਆਦਾ ਵੱਧ ਗਈ, ਉਹਨਾਂ ਨੇ ਮੇਰੇ 'ਤੇ ਹੱਥ ਚੱਕ ਦਿੱਤਾ। ਦੈਨ ਫਿਰ ਉਹ ਅਸੀਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਇਹਨਾਂ ਨੂੰ ਭੱਜ ਗਏ ਇੱਥੋਂ। ਮਹਿਲਾ ਪੁਲਿਸ ਦਾ ਕਹਿਣਾ ਹੈ ਕਿ ਉਹ ਅਸਲ ਵਿੱਚ ਮੁੰਡਿਆਂ ਦਾ ਝਗੜਾ ਛੁਡਾਉਣ ਲਈ ਗਈ ਸੀ, ਪਰ ਉਲਟਾ ਉਹਨਾਂ ਮੁੰਡਿਆਂ ਨੇ ਇਸ ਮਹਿਲਾ ਪੁਲਿਸ ਅਫਸਰ 'ਤੇ ਹੀ ਹਮਲਾ ਕਰ ਦਿੱਤਾ। ਨਹੀਂ, ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ। ਬਾਕੀ ਪੀ ਸੀ ਆਰ ਨੂੰ ਫੋਨ ਕੀਤਾ ਸੀਗਾ, ਆਪਣੇ ਐਸ ਪੀ ਸਰ ਨੂੰ ਫੋਨ ਕਰਿਆ ਆ, ਉਹ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਪਤਾ ਲੱਗੇਗਾ। ਮੇਰੇ ਤਾਂ ਮੇਰੇ ਨਾਲ ਕਾਫੀ ਜ਼ਿਆਦਾ ਉਹਨਾਂ ਨੇ ਮਾਰਕੁੱਟ ਕੀਤੀ ਆ। ਮੈਨੂੰ ਫੜਿਆ, ਦੋ ਜਣੇ ਸੀਗੇ ਉਹ ਹੱਦ ਨਾਲ ਵੱਧ ਨਸ਼ੇ ਵਿੱਚ ਸੀਗੇ। ਦੈਨ ਉਹਨਾਂ ਨੇ ਮੇਰੇ ਪੇਟ 'ਤੇ ਲੱਤ ਮਾਰੀ, ਉਹਨਾਂ ਨੇ ਮੈਨੂੰ ਫੜ ਕੇ ਝੰਜੋੜਿਆ। ਮੇਰੇ ਨਾਲ ਦਾ ਇੱਕ ਮੁਲਾਜ਼ਮ ਸੀਗਾ, ਉਹਦੀ ਵੀ ਸਿਰ 'ਤੇ ਉਹਨਾਂ ਨੇ ਮਤਲਬ ਕਿ ਹੱਥ ਨਾਲ ਹੀ ਕੀਤਾ ਵਾਰ, ਉਹਦੇ ਪੱਗ ਪੁੱਗ ਵਗੈਰਾ ਲਾ ਦਿੱਤੀ ਸੀਗੀ। ਫਿਰ ਇਸ ਤੋਂ ਪਹਿਲਾਂ ਕਿ ਉਹ ਹੋਰ ਜ਼ਿਆਦਾ ਕਰਦੇ ਤਾਂ ਦੈਨ ਅਸੀਂ ਸਾਈਡ 'ਤੇ ਹੋ ਗਏ। ਫਿਰ ਉਹ ਨਾਲ ਦੇ ਉਹਨਾਂ ਦੇ ਕੋਈ ਸੀਗੇ ਨਾਲ ਉਹਨਾਂ ਦੇ। ਅਤੇ ਉੱਧਰ ਜਦੋਂ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਪੜਤਾਲ ਕੀਤੀ ਜਾਵੇਗੀ। ਪਰ ਅਸਲ ਵਿੱਚ ਜਦੋਂ ਪੁਲਿਸ ਵਾਲੇ ਹੀ ਸੁਰੱਖਿਅਤ ਨਹੀਂ ਤਾਂ ਆਮ ਜਨਤਾ ਦਾ ਕੀ ਹੋਵੇਗਾ? ਆਮ ਜਨਤਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਲਵੇਗਾ? ਪੀਸੀਆਰ ਆ ਗੱਡੀ 8 ਨੰਬਰ ਰੋਮੀਓ, ਇਹਦੇ ਇੱਕ ਲੇਡੀ ਕਿਰਨਦੀਪ ਹੈ ਅਤੇ ਕਾਂਸਟੇਬਲ ਜਿਹੜਾ ਸੁਖਵੰਤ ਸਿੰਘ ਆ। ਇਹ ਗਸ਼ਤ ਕਰਦੇ ਸੀ, ਇਹ ਗਸ਼ਤ ਕਰਦੇ ਕਰਦੇ ਜਦੋਂ ਸਿੱਕਾ ਹਸਪਤਾਲ ਤੋਂ ਨਕੋਦਰ ਰੋਡ ਵਾਲੇ ਪਾਸੇ ਨੂੰ ਆਏ ਅਤੇ ਇੱਥੇ ਤਿੰਨ ਮੁੰਡੇ ਨਸ਼ਈ ਟਾਈਪ ਦੇ ਖੜ੍ਹੇ ਸੀ। ਇਹਨਾਂ ਨੇ ਉਹਨਾਂ ਨੂੰ ਡੱਕਿਆ ਵੀ ਤੁਸੀਂ ਇੱਥੇ ਕੱਲ੍ਹ ਹੀ ਖੜ੍ਹੇ ਹੋ। ਉਹ ਤਿੰਨੇ ਜਾਣੇ ਨਸ਼ਈ ਸੀਗੇ, ਨਸ਼ਾ ਕੀਤਾ ਹੋਇਆ ਸੀ, ਉਹ ਤਿੰਨੇ ਇਹਨਾਂ ਦੇ ਨਾਲ ਹੱਥੋਂ ਪਾਈ ਹੋ ਗਏ, ਇਹਨਾਂ ਦੇ ਨਾਲ ਗਲਤ ਬਿਹੇਵ ਕੀਤਾ ਉਹਨਾਂ ਨੇ। ਕੁੜੀ ਦੱਸਦੀ ਆ ਕਿ ਮੇਰੇ ਨਾਲ ਉਹਨਾਂ ਨੇ ਹੱਥੋਂ ਪਾਈ ਕੀਤੀ ਆ, ਮੁੰਡਾ ਵੀ ਮੁੰਡਾ ਉਹਨੂੰ ਵੀ ਧੱਕੇ ਧੁੱਕੇ ਮਾਰਿਆ ਜੀ। ਸੁਖਵੰਤ ਸਿੰਘ ਮੁਲਾਜ਼ਮ ਜੀ ਉਦੋਂ ਵੀ ਧੱਕੇ ਮਾਰੇ ਆ, ਕੁੜੀ ਨੂੰ ਵੀ ਮਾਰਿਆ। ਲੜਾਈ ਝਗੜੇ ਦੀ ਇਹ ਵੀਡੀਓ ਜਲੰਧਰ ਦੇ ਨਕੋਦਰ ਚੌਂਕ ਦੇ ਨੇੜੇ ਦੀ ਹੈ, ਜਿਸ ਵਿੱਚ ਇੱਕ ਨੌਜਵਾਨ ਯੁਵਕ ਵੱਲੋਂ ਮਹਿਲਾ ਪੁਲਿਸ ਤੇ ਹੱਥ ਚੁੱਕਿਆ ਜਾ ਰਿਹਾ ਹੈ। ਦਰਅਸਲ ਇਹ ਮਹਿਲਾ ਪੁਲਿਸ ਨੌਜਵਾਨ ਯੁਵਕਾਂ ਦਾ ਝਗੜਾ ਛੁਡਾਉਣ ਲਈ ਗਈ ਸੀ ਤੇ ਉਹਨਾਂ ਨੌਜਵਾਨਾਂ ਵੱਲੋਂ ਇਸ ਮਹਿਲਾ ਪੁਲਿਸ ਤੇ ਹੀ ਹਮਲਾ ਕਰ ਦਿੱਤਾ ਜਾਂਦਾ ਹੈ। ਤਿੰਨ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਉਹ ਨੌਜਵਾਨ ਕਿੱਦਾਂ ਮਹਿਲਾ ਪੁਲਿਸ ਦੇ ਥੱਪੜ ਮਾਰ ਰਿਹਾ। ਆਓ ਤੁਹਾਨੂੰ ਦੱਸਦੇ ਹਾਂ ਮਾਮਲੇ ਦੀ ਪੂਰੀ ਸੱਚਾਈ ਕਿ ਇਹ ਮਾਮਲਾ ਕਿਉਂ, ਕਿੱਥੋਂ ਤੇ ਕਿਸ ਕਾਰਨ ਸ਼ੁਰੂ ਹੋਇਆ।